ਮੌਕੇ ਤੇ ਹੀ ਮਿਲ ਗਿਆ ਕਰਮਾਂ ਦਾ ਫਲ। ਤੁਸੀਂ ਅਕਸਰ ਇਹ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ਜਿਵੇਂ ਦੇ ਕਰਮ ਕਰੋਗੇ ਉਹੋ ਜਿਹਾ ਹੀ ਫਲ ਮਿਲੇਗਾ। ਦਰਅਸਲ ਇਹ ਤਸਵੀਰਾਂ ਜਲੰਧਰ ਦੇ ਨਕੋਦਰ ਪਿੰਡ ਤੋਂ ਸਾਹਮਣੇ ਆ ਰਹੀਆਂ ਨੇ, ਜਿੱਥੇ ਪਿੰਡ ਪੰਡੋਰੀ ਦੇ ਵਿੱਚ ਆਪਸੀ ਰੰਜਿਸ਼ ਦੇ ਚੱਲਦੇ ਇੱਕ ਸ਼ਖਸ ਨੇ ਆਪਣੇ ਗੁਆਂਢੀ 'ਤੇ, ਜੋ ਕਿ ਮੋਟਰਸਾਈਕਲ 'ਤੇ ਸਵਾਰ ਸੀ, ਉਸ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹ ਕਾਮਯਾਬ ਵੀ ਰਿਹਾ, ਜਿਸ ਹਾਦਸੇ ਦੇ ਵਿੱਚ ਉਸ ਸ਼ਖਸ ਦੀ ਮੌਤ ਹੋ ਗਈ। ਮੌਕੇ ਤੋਂ ਭੱਜਣ ਵੇਲੇ ਇਸ ਸ਼ਖਸ ਦੀ ਗੱਡੀ ਸਿੱਧਾ ਜਾ ਕੇ ਦਰਖਤ ਦੇ ਵਿੱਚ ਵੱਜਦੀ ਹੈ ਅਤੇ ਇਸ ਦੇ ਨਾਲ ਬੈਠਾ ਇਸਦਾ ਸਾਥੀ, ਜੋ ਕਿ ਪਰਲੋਕ ਸਧਾਰ ਜਾਂਦਾ ਹੈ, ਯਾਨੀ ਕਿ ਉਸਦੀ ਮੌਤ ਹੋ ਜਾਂਦੀ ਹੈ। ਅਤੇ ਆਪ ਵੀ ਦੇਖੋ ਕਿਵੇਂ ਗੱਡੀ ਦੇ ਵਿੱਚ ਫਸਿਆ ਬੈਠਾ ਇਹ ਸ਼ਖਸ, ਜਿਸਨੇ ਆਪਣੇ ਗੁਆਂਢੀ ਦੀ ਜਾਨ ਲਈ ਅਤੇ ਉਸਨੂੰ ਦਰਨ ਤੋਂ ਬਾਅਦ ਜਦ ਭੱਜ ਰਿਹਾ ਸੀ ਤਾਂ ਸਿੱਧਾ ਜਾ ਕੇ ਦਰਖਤ 'ਚ ਵੱਜਦਾ ਹੈ, ਰੁੱਖ 'ਚ ਵੱਜਦਾ ਹੈ, ਅਤੇ ਇਸਦੇ ਸਾਥੀ ਦੀ, ਜੋ ਕਿ ਨਾਲ ਬੈਠਾ ਸੀ, ਉਸਦੀ ਮੌਤ ਹੋ ਜਾਂਦੀ ਹੈ। ਦੱਸ ਦਈਏ ਕਿ ਮੋਟਰਸਾਈਕਲ ਸਵਾਰ ਯੁਵਕ ਨੂੰ ਦਰੜਨ ਤੋਂ ਬਾਅਦ ਜਦ ਇਹ ਭੱਜ ਰਿਹਾ ਸੀ ਤਾਂ ਇਸਦੀ ਮੌਤ ਹੋ ਗਈ। ਮੋਟਰਸਾਈਕਲ 'ਤੇ ਸਵਾਰ ਯੁਵਕ ਦਾ ਨਾਮ ਗੁਰਦੀਪ ਸਿੰਘ ਦੱਸਿਆ ਜਾ ਰਿਹਾ ਹੈ, ਜਿਸ ਦੀ ਮੌਤ ਹੋ ਚੁੱਕੀ ਹੈ, ਅਤੇ ਕਾਰ ਚਾਲਕ ਰਣਜੀਤ ਸਿੰਘ, ਜਿਸ ਨੇ ਘਿਨੌਣੀ ਕਰਤੂਤ ਕੀਤੀ ਅਤੇ ਉਸਨੂੰ ਕਰਮਾਂ ਦਾ ਫਲ ਨਾਲ ਦੀ ਨਾਲ ਹੀ ਮਿਲ ਗਿਆ। ਸਿੱਧਾ ਜਾ ਕੇ ਉਸਦੀ ਜਿਹੜੀ ਕਾਰ ਹੈ ਉਹ ਇੱਕ ਦਰਖਤ ਦੇ ਵਿੱਚ ਟਕਰਾਉਂਦੀ ਹੈ, ਜਿਸ ਤੋਂ ਬਾਅਦ ਉਸਦੇ ਨਾਲ ਬੈਠਾ ਇੱਕ ਸ਼ਖਸ, ਜੋ ਕਿ ਉਸਦਾ ਸਾਥੀ ਸੀ, ਉਸਦੀ ਮੌਤ ਹੋ ਜਾਂਦੀ ਹੈ। ਉਸਦਾ ਨਾਮ ਰਾਮਪਾਲ ਦੱਸਿਆ ਜਾ ਰਿਹਾ ਹੈ ਅਤੇ ਰਣਜੀਤ ਸਿੰਘ ਬੁਰੀ ਤਰੀਕੇ ਦੇ ਨਾਲ ਜ਼ਖਮੀ ਹੋ ਜਾਂਦਾ ਹੈ। ਹੁਣ ਐਕਸੀਡੈਂਟ ਕਰਨ ਦੇ ਜ਼ੁਰਮ 'ਚ, ਇੱਕ ਸ਼ਖਸ ਦੀ ਜਾਨ ਲੈਣ ਦੇ ਜ਼ੁਰਮ ਦੇ ਵਿੱਚ ਰਣਜੀਤ ਸਿੰਘ ਨੂੰ ਸਜ਼ਾ ਭੁਗਤਣੀ ਪਵੇਗੀ। ਆਪਣੀ ਰੰਜਿਸ਼ ਕੱਢਦੇ ਕੱਢਦਿਆਂ ਦੇਖੋ ਕਿੱਥੇ ਜਾ ਫਸਿਆ ਰਣਜੀਤ ਸਿੰਘ। ਇਸ ਲਈ ਕਹਿੰਦੇ ਹੈ ਕਿ ਇਨਸਾਨ ਨੂੰ ਚੰਗੇ ਕਰਮ ਕਰਨੇ ਚਾਹੀਦੇ ਹੈ, ਨਹੀਂ ਤਾਂ ਰੱਬ ਸਜ਼ਾ ਜ਼ਰੂਰ ਦਿੰਦਾ ਹੈ। ਦੇਖ ਹੀ ਸਕਦੇ ਹੋ ਕਿ ਕਿਵੇਂ ਇਸਨੇ ਆਪਸੀ ਰੰਜਿਸ਼ ਦੇ ਚੱਲਦੇ ਗੁਆਂਢੀ ਨੂੰ ਮਾਰਤਾ, ਗੱਡੀ ਥੱਲੇ ਦੇ ਕੇ ਕੁਚਲਤਾ ਅਤੇ ਨਾਲ ਦੀ ਨਾਲ ਇਸਨੂੰ ਇਸਦੇ ਕਰਮਾਂ ਦਾ ਫਲ ਮਿਲ ਗਿਆ। ਆਪ ਵੀ ਜ਼ਖਮੀ ਹੋ ਗਿਆ ਅਤੇ ਆਪਣੇ ਸਾਥੀ ਨੂੰ ਵੀ ਗਵਾ ਬੈਠਾ। ਇਹ ਸਵੇਰੇ ਇੰਸੀਡੈਂਟ ਇੱਕ ਹੋਇਆ ਜੀ 9:08 ਦੇ ਕਰੀਬ। ਇਹਦੇ ਵਿੱਚ ਇੱਕ ਜਿਹੜਾ ਬੰਦਾ ਵਾ ਉਹਦਾ ਕਤਲ ਹੋਇਆ। ਐਕਚੁਅਲੀ ਉਹ ਗੁਰਦੀਪ ਸਿੰਘ ਆ, ਵਾਸੀ ਪੰਡੋਰੀ ਖਾਸ ਦਾ ਰਹਿਣ ਵਾਲਾ। ਉਹਦੇ ਘਰਦਿਆਂ ਨੇ ਆਪਾਂ ਨੂੰ ਆ ਕੇ ਜਿਹੜਾ ਬਿਆਨ ਲਿਖਵਾਇਆ ਉਹਦੇ ਮੁਤਾਬਕ ਇਹ ਆ ਵੀ ਇਹਨਾਂ ਦੋ ਤਰ੍ਹਾਂ ਦੀ ਆਪਸ 'ਚ ਉੱਥੇ ਜਿਹੜੀ ਆਪਸ 'ਚ ਰੰਜਿਸ਼ਬਾਜ਼ੀ ਚੱਲ ਰਹੀ ਸੀ ਕਾਫੀ ਦਿਨਾਂ ਤੋਂ। ਅਤੇ ਜਿਹੜਾ ਗੱਡੀ ਦਾ ਚਾਲਕ ਆ ਉਹਦਾ ਨਾਂ ਰਣਜੀਤ ਸਿੰਘ ਏਲੀਅਸ ਰਾਣਾ, ਜਿਹੜਾ ਸਾਹਮਣੇ ਆਇਆ ਉਹ ਵੀ ਪਿੰਡ ਪੰਡੋਰੀ ਖਾਸ ਦਾ ਰਹਿਣ ਵਾਲਾ। ਉਹ ਇੱਕ ਆਪਣੇ ਨਾਲ ਆਪਣਾ ਇੱਕ ਹੋਰ ਬੰਦਾ ਜਿਹੜਾ ਉੱਥੋਂ ਦਾ ਹੀ ਨੌਜਵਾਨ ਆ, ਰਾਮਪਾਲ ਉਰਫ ਰਾਮਾ, ਉਹਨੂੰ ਨਾਲ ਲੈ ਕੇ ਗੱਡੀ ਦੇ ਵਿੱਚ, ਆਪਣੀ ਅਲਕਜ਼ਾਰ ਗੱਡੀ ਸੀ ਉਹਦੀ, ਉਹਦੇ ਵਿੱਚ ਆ ਰਿਹਾ। ਅਤੇ ਅੱਗੇ ਅੱਗੇ ਜਿਹੜਾ ਮਰਨ ਵਾਲਾ ਜਿਹੜਾ ਵਾ ਉਹ ਮੋਟਰਸਾਈਕਲ 'ਤੇ ਜਾ ਰਿਹਾ ਸੀ, ਉਹਨੇ ਯਾਨੀ ਕਿ ਤੇਜ਼ ਰਫਤਾਰੀ ਨਾਲ ਕਰਕੇ ਅਤੇ ਉਹਦੇ ਮਤਲਬ ਉਹਦਾ ਕਤਲ ਕੀਤਾ, ਉਹਨੂੰ ਕੁਚਲ ਕੇ ਮਾਰ ਦਿੱਤਾ, ਜਿਹੜਾ ਮੌਕੇ 'ਤੇ ਹੀ ਉਹਦੀ ਮੌਤ ਹੋ ਗਈ ਗੁਰਦੀਪ ਸਿੰਘ ਦੀ। ਅਤੇ ਉਹਨਾਂ ਦੇ ਗੁਰਦੀਪ ਸਿੰਘ ਦੇ ਘਰਦਿਆਂ ਦੇ ਬਿਆਨਾਂ 'ਤੇ ਆਪਾਂ, ਮਤਲਬ ਉਹਦੇ ਬ੍ਰਦਰ ਦੇ ਬਿਆਨ 'ਤੇ ਆਪਾਂ ਪਰਚਾ ਦਰਜ ਕੀਤਾ ਇਹਦੇ ਖਿਲਾਫ 302।